ओ पुत्र जाना मैं जा जावा जिदन मैं दिल दे के आया वा ओते बड़े बड़े लजपाल ने ओनो तो बड़ा लजपाल ही कोई नहीं आ मैं ओना दी लजपाल ही दसदा वा अल्लाह ने 126000 नबी भेजे ने कोई नबी अपने किसी भी उम्मती दी कब्र विच आंदा नहीं ओ इतना लजपाल नबी जदों उम्मती मर जांदा है दुनिया टुट जांदा है ओ ऐसा लजपाल शायर बोल के कह दे लजपाल परी ओढ़ते नहीं जिंदगी पापड़ दे ओनो छोड़ते नहीं दरे ਦੇ ਅੰਦਰ ਇੱਕ ਯਹੂਦੀ ਰਹਿੰਦਾ ਸੀ ਯਹੂਦੀ ਤੇ ਰਜ਼ਾਰੇ ਲੋਕ ਬੜੇ ਰਹਿੰਦੇ ਸਨ ਯਹੂਦੀ ਰਹਿੰਦਾ ਸੀ ਉਹਨੇ ਆਪਣੇ ਬੱਚੇ ਨੂੰ ਘਰੋਂ ਭੇਜਿਆ ਕਿ ਜਾ ਤੇ ਜਾ ਕੇ ਬਾਜ਼ਾਰ ਵਿੱਚ ਸੌਦਾ ਲੈ ਕੇ ਆ ਬਾਜ਼ਾਰ ਜਾ ਬਾਜ਼ਾਰੋਂ ਸੌਦਾ ਲੈ ਕੇ ਆ ਬੱਚੇ ਨੇ ਬਾਪ ਕੋਲ ਪੈਸੇ ਪਕੜੇ ਤੇ ਮਦੀਨਾ ਸ਼ਰੀਫ ਦੀ ਗਲੀ ਦੇ ਅੰਦਰ ਆ ਗਿਆ ਹੁਣ ਵੇਖੋ ਕਿ ਅੱਲਾਹ ਤਾਲਾ ਆਪਣੇ ਯਾਰ ਦਾ ਕਲਮਾ ਕਿਵੇਂ ਕਿਵੇਂ ਲੋਕਾਂ ਨੂੰ ਪੜਵਾਇਆ ਲੋਕਾਂ ਨੇ ਕਿਵੇਂ ਕਿਵੇਂ ਕਲਮਾ ਪੜਿਆ ਯਹੂਦੀ ਨੇ ਆਪਣਾ ਪੁੱਤਰ ਭੇਜਿਆ ਕਿ ਜਾ ਮਦੀਨੇ ਦੇ ਅੰਦਰ ਚਲਾ ਜਾ ਬਾਜ਼ਾਰ ਦੇ ਅੰਦਰ ਜਾ ਜਾ ਕੇ ਸਾਮਾਨ ਲੈ ਆ ਸੌਦਾ ਲੈ ਆ ਘਰ ਵਾਸਤੇ ਉਹ ਘਰ ਦੇ ਅੰਦਰ ਨੀਅਤ ਕੀ ਲੈ ਕੇ ਚਲਿਆ ਕਿ ਮੈਂ ਸੌਦਾ ਲੈਣਾ ਮੈਂ ਸਾਮਾਨ ਲੈ ਕੇ ਆਣਾ ਜਿਸ ਵੇਲੇ ਮਦੀਨੇ ਦੇ ਬਾਜ਼ਾਰ ਦੇ ਅੰਦਰ ਆਇਆ ਮਦੀਨੇ ਦੇ ਬਾਜ਼ਾਰ ਦੇ ਅੰਦਰ ਆਇਆ ਉਹਦੀ ਕਿਸਮਤ ਖੁੱਲ ਗਈ ਉਹਨੇ ਵੇਖਿਆ ਸਾਹਮਣੇ ਹਜ਼ੂਰ ਆ ਰਹੇ ਸਾਹਮਣੇ ਹਜ਼ੂਰ ਆ ਰਹੇ ਨੇ ਉਹਨੇ ਹਜ਼ੂਰ ਦੇ ਚਿਹਰੇ ਨੂੰ ਵੇਖਿਆ ਹਜ਼ੂਰ ਦਾ ਐਸਾ ਚਿਹਰਾ ਏ ਜਿਹਨੂੰ ਵੇਖਿਆ ਤੇ ਵੇਖਦਾ ਹੀ ਰਹਿ ਗਿਆ ਆਪਣਾ ਦਿਲ ਕਦਮਾਂ ਤੋਂ ਕੁਰਬਾਨ ਕਰ ਬੈਠਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਮੁਬਾਰਕ ਚਿਹਰਾ ਵੇਖਿਆ ਹੱਤਾ ਕੇ ਵੇਖਦਾ ਹੀ ਰਹਿ ਗਿਆ ਉਹਨੂੰ ਆਪਣਾ ਸੌਦਾ ਭੁੱਲ ਗਿਆ ਆਪਣਾ ਸਾਰਾ ਕੰਮ ਕਾਰ ਭੁੱਲ ਗਿਆ ਉਸ ਮਦੀਨੇ ਦੇ ਬਾਜ਼ਾਰ ਦੇ ਅੰਦਰ ਬੈਠ ਗਿਆ ਹੱਤਾ ਕੇ ਸ਼ਾਮ ਦਾ ਵੇਲਾ ਆ ਗਿਆ ਉਹਨੇ ਵੇਖਿਆ ਕਿ ਸ਼ਾਮ ਹੋ ਗਈ ਏ ਸ਼ਾਮ ਨੂੰ ਜਿਸ ਵੇਲੇ ਘਰ ਵਾਪਸ ਆਇਆ ਬਾਪ ਕਹਿੰਦਾ ਕਿੱਥੇ ਚਲਾ ਗਿਆ ਸੀ ਕਿੱਥੇ ਰਹਿ ਗਿਆ ਸੀ ਮੈਂ ਤੇ ਤੈਨੂੰ ਸੌਦਾ ਲੈਣ ਭੇਜਿਆ ਏ ਸੌਦਾ ਲੈ ਕੇ ਆਇਆ ਨਹੀਂ ਪੁੱਤਰ ਕਹਿੰਦਾ ਬਾਬਾ ਮੈਂ ਸੌਦਾ ਲੈ ਕੇ ਆਇਆ ਬਾਪ ਕਹਿੰਦਾ ਮੈਂ ਵੇਖ ਰਿਹਾ ਤੇਰੇ ਕੋਲ ਸੌਦਾ ਕੋਈ ਨਹੀਂ ਉਹਦਾ ਪੁੱਤਰ ਕਹਿੰਦਾ ਹੈ ਬਾਬਾ ਮੈਂ ਐਸਾ ਸੌਦਾ ਲੈ ਕੇ ਆਇਆ ਵਾ ਜਿਹੜਾ ਇਸ ਦੁਨੀਆ ਵਿੱਚ ਰਹਿ ਕੇ ਵੀ ਮੁਕਣਾ ਨਹੀਂ ਕਿਆਮਤ ਵਾਲਾ ਦਿਨ ਵੀ ਆ ਸਕਦਾ ਏ ਪਰ ਐਸਾ ਸੌਦਾ ਲੈ ਕੇ ਆਇਆ ਵਾ ਜਿਹੜਾ ਇੱਥੇ ਵੀ ਕੰਮ ਆਏਗਾ ਉੱਥੇ ਵੀ ਕੰਮ ਆਏਗਾ ਬਾਪ ਕਹਿਣ ਲੱਗਾ ਸੌਦਾ ਲੈ ਕੇ ਨਹੀਂ ਆਇਆ ਤੇ ਮੈਨੂੰ ਕਹਿ ਰਿਹਾ ਮੈਂ ਸੌਦਾ ਲੈ ਕੇ ਆਇਆ ਕਹਿਣ ਲੱਗਾ ਮੈਂ ਲੈ ਕੇ ਕਿਵੇਂ ਦਾ ਲੈ ਕੇ ਆਇਆ ਉਹ ਕਹਿਣ ਲੱਗਾ ਐਵੇਂ ਦਾ ਲੈ ਕੇ ਆਇਆ ਇੱਥੇ ਵੀ ਨਹੀਂ ਮੁਕਣਾ ਤੇ ਅੱਗੇ ਵੀ ਨਹੀਂ ਮੁਕਣਾ ਬਾਪ ਨੇ ਕਿਹਾ ਸ਼ਾਇਦ ਬੱਚਾ ਮੇਰਾ ਪਤਾ ਨਹੀਂ ਕੀ ਗੱਲਾਂ ਕਰ ਰਿਹਾ ਉਹਨੇ ਇਗਨੋਰ ਕਰ ਦਿੱਤਾ ਉਹਨੂੰ ਪਤਾ ਹੀ ਕੋਈ ਨਹੀਂ ਕਿਹਾ ਬਸ ਠੀਕ ਹੈ ਬੱਚਾ ਪਤਾ ਨਹੀਂ ਕੀ ਗੱਲਾਂ ਕਰ ਰਿਹਾ ਲੇਟ ਹੋ ਗਈ ਕਿ ਖੇੜੇ ਲੱਗਿਆ ਰਿਹਾ ਹੋਣਾ ਤੇ ਹੁਣ ਆ ਗਿਆ ਹੋਣਾ ਤੇ ਹੁਣ ਕਹਿ ਰਿਹਾ ਕਿ ਮੈਂ ਸੌਦਾ ਲੈ ਕੇ ਆਇਆ ਪਤਾ ਨਹੀਂ ਕੀ ਕਹਿ ਕੇ ਆ ਰਿਹਾ ਵਕਤ ਨੇ ਪਈਆ ਆਪਣਾ ਗੁਮਾਉਂਦੀ ਦਾ ਬੱਚਾ ਰੋਜ਼ਾਨਾ ਇੱਕ ਵਾਰੀ ਚਿਹਰਾ ਹਜ਼ੂਰ ਦਾ ਦੇਖ ਲਿਆ ਨਾ ਇਸ਼ਕ ਲੱਗਾ ਸੀ ਖੇਡਾਂ ਖੇਡਦੀ ਨੂੰ ਖੇਡਾਂ ਦਾ ਖੇਡਦੀ ਖੇਡਦੀ ਰੁੱਲ ਗਈਆਂ ਇਸ਼ਕ ਲੱਗ ਗਿਆ ਹਜ਼ੂਰ ਦੀ ਜ਼ਾਤ ਦਾ ਕਲਮਾ ਨਹੀਂ ਪੜਿਆ ਮੁਲਾਕਾਤ ਨਹੀਂ ਸਿਰਫ ਦੇਖਿਆ ਹਜ਼ੂਰ ਦਾ ਚਿਹਰਾ ਮੁਬਾਰਕ ਦੇਖਿਆ ਉਹ ਯਹੂਦੀ ਦਾ ਬੱਚਾ ਰੋਜ਼ਾਨਾ ਕੀ ਕਰਦਾ ਹੈ ਰੋਜ਼ਾਨਾ ਘਰ ਘਰੋਂ ਨਿਕਲਦਾ ਹੈ ਤੇ ਮਦੀਨੇ ਦੇ ਬਾਜ਼ਾਰ ਦੇ ਅੰਦਰ ਮਸਜਿਦ ਨਬੀ ਵਾਲੇ ਬਾਜ਼ਾਰ ਦੇ ਅੰਦਰ ਆ ਕੇ ਬੈਠ ਜਾਂਦਾ ਹੈ ਨਾਰੇ ਦਿਲ ਦੇ ਅੰਦਰ ਦੁਆਵਾ ਕਰਦਾ ਹੈ ਕਿ ਹੁਣੇ ਮੇਰਾ ਮਹਿਬੂਬ ਆਏਗਾ ਮੈਨੂੰ ਚਿਹਰਾ ਵਿਖਾਏਗਾ ਹੁਣੇ ਮੇਰਾ ਮਹਿਬੂਬ ਆਏਗਾ ਮੈਨੂੰ ਆ ਕੇ ਆਪਣਾ ਚਿਹਰਾ ਵਿਖਾਏਗਾ ਉਹ ਯਹੂਦੀ ਦਾ ਬੱਚਾ ਚਸਾਂ ਸਾਈ ਹਜ਼ੂਰ ਦੀਆਂ ਰਾਵਾਂ
अंदर बैठ जाए हत्ता के शाम तक बैठा रहता है जो हुजूर नजर आ जाते ने उनके दिल में सुकून आ जाता है जो हुजूर नजर आते ने वो परेशान हो जाता है हत्ता के वक्त गुजरे एक दिन ऐसा भी आ गया वो बच्चा बड़ा सस बीमार है बीमारी की हालत के अंदर मंजी ते लेट गया उन्हें मां बाप बड़े परेशान ने के साडे पुत्र नु होया की लेकिन ओ जानदे नहीं के दिल हुजूर दी जात नु देख के आया दिल अपना हुजूर सल्लल्लाहु अलैहि वसल्लम से दे बैठा उन्हें बच्चियां दे नाल जाना खेड़ दे बहाने उन्हें हुजूर नु देख दिया रहना हुजूर दी जियारत कर दिया रहना वक्त गुजरया एक दिन ऐसा आया बीमार हो गया तो घर घर जाना पड़ गया मजबूरी सी घर दे अंदर मौजूद दिल दे अंदर इश्क मुस्तफा है दिल दे अंदर मोहब्बत है मुस्तफा है कलमा नहीं पढ़े सबसे बड़ी जड़ी बुनियादी गल ते कलमा है ना कलमा आले नहीं पढ़े बाप परेशान हत्ता के बच्चे नु इतनी कमजोरी है कि चलन फिरन तो रह गया घर दे अंदर रहंदा है चार पाई ते लेटे रहंदा है दिल चली जी शायद है हो सकता है मैं लिया मेरा पुत्र ठीक हो जाए पुत्र किसी और पास ही सिर ला बैठा पुत्र हुजूर दी खदमत तू अपने दिल नु बाप को लगा पुत्रा दस जेड़ा हकीम बुलाना है मैं हकीम बुलाना वा 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 केड़ा तबीब बुलाना है मैं तबीब लेके आना वा पुत्र रो के लगा बाबा मैनू हकीम नहीं चाहिदा मैनू तबीब नहीं चाहिदा अगर मैनू चाहिदा है ते अल्लाह दा हबीब चाहिदा अल्लाह का हबीब चाहिए बाप ने सदे हैरान चेहरे का रंग बदल ਚਿਹਰੇ ਦਾ ਰੰਗ ਬਦਲ ਗਿਆ ਹਦੀਸ ਮੁਬਾਰਕਾ ਦੇ ਅਲਫਾਜ਼ ਨੇ ਕਿ ਅਸੀਂ ਯਹੂਦੀ ਸਾਡਾ ਮੱਲਾ ਯਹੂਦੀਆਂ ਦਾ ਘਰ ਯਹੂਦੀਆਂ ਦਾ ਤੇ ਪੁੱਤਰ ਮੇਰਾ ਕਿਹੜੀਆਂ ਗੱਲਾਂ ਕਰ ਰਿਹਾ ਹੈ ਮੈਂ ਤਾਂ ਅੱਜ ਤੱਕ ਇਹੀ ਸਮਝਦਾ ਰਿਹਾ ਕਿ ਯਹੂਦੀ ਲੇਕਿਨ ਉਹ ਘਰ ਦੇ ਅੰਦਰ ਮੌਜੂਦ ਸੀ ਬਾਪ ਨੇ ਕਿਹਾ ਕੀ ਚਾਹੀਦਾ ਕਹਿਣ ਲੱਗਾ ਮੈਨੂੰ ਹਜ਼ੂਰ ਚਾਹੀਦੇ ਨੇ ਕਹਿਣ ਲੱਗਾ ਕੋਈ ਗੱਲ ਕਰਨ ਵਾਲੀ ਗੱਲ ਅਸੀਂ ਪੁੱਤਰ ਹੈ ਮੇਰਾ ਤੂੰ ਆਖਰੀ ਇਨਸਾਨ ਹੈ ਗੱਲ ਉਹ ਕਰ ਜਿਹੜੀ ਮੰਨਣ ਚ ਆਵੇ ਜਿਹੜੀ ਮੈਂ ਪੂਰੀ ਕਰ ਸਕਾਂ ਉਹ ਕਹਿੰਦਾ ਬਾਬਾ ਮੈਂ ਬਿਮਾਰ ਹੋ ਗਿਆ ਨਾ ਮੈਨੂੰ ਲੱਗਦਾ ਹੈ ਮੈਂ ਬਚਣਾ ਕੋਈ ਨਹੀਂ ਅੱਛਾ ਤੇ ਕਹਿੰਦਾ ਹਰ ਵੇਲੇ ਮੈਨੂੰ ਹਜ਼ੂਰ ਦੀ ਯਾਦ ਆਉਂਦੀ ਯਾਦ ਆਉਂਦੀ ਉਹਨੇ ਕਹਿੰਦਾ ਮੈਨੂੰ ਬਿਮਾਰੀ ਦੀ ਕੋਈ ਫਿਕਰ ਕੋਈ ਨਹੀਂ ਮੈਨੂੰ ਘਰ ਦੀ ਫਿਕਰ ਕੋਈ ਨਹੀਂ ਹਰ ਵੇਲੇ ਮੈਂ ਉਸ ਨਬੀ ਦੀਆਂ ਯਾਦਾਂ ਵਿੱਚ ਇੱਥੇ ਬੈਠਾ ਕਿਵੇਂ ਦੀਆਂ ਯਾਦਾਂ ਲੈ ਕੇ ਬੈਠਾ ਹੈ ਰੋ ਰੋ ਕੇ ਹਜ਼ੂਰ ਦੀ ਬਾਰਗਾਹ ਵਿੱਚ ਅਰਜ਼ ਕਰਦਾ ਹੈ ਯਾਦ ਤੇਰੀ ਦਾ ਮੈਂ ਦੀਵਾ ਜਿੰਨਾ ਕੋ ਬੁਰਾ ਸਲੂਕ ਯਹੂਦੀਆਂ ਤੇ ਇਸਾਈਆਂ ਤੇ ਕਾਫਰਾਂ ਤੇ ਮੁਸ਼ਰਕਾਂ ਉਹਨਾਂ ਨਾਲ ਕੀਤਾ ਹੈ ਹੋ ਸਕਦਾ ਹੈ ਉਹ ਆਣੀ ਨਾ ਹੋ ਸਕਦਾ ਹੈ ਕਿ ਮੈਂ ਜਾ ਨਾ ਆਣ ਪੁੱਤਰ ਕਹਿਣ ਲੱਗਾ ਬਾਬਾ ਜਿਨ੍ਹਾਂ ਨਾਲ ਮੈਂ ਲਾਈਆਂ ਨੇ ਨਾ ਮੈਂ ਜਾਣਦਾ ਕਹਿੰਦਾ ਕੀ ਜਾਣਦਾ ਹੈ ਉਹ ਪੁੱਤਰ ਕਹਿਣ ਲੱਗਾ ਮੈਂ ਜਾਣਦਾ ਵਾ ਜਿਨ੍ਹਾਂ ਨੂੰ ਮੈਂ ਦਿਲ ਦੇ ਕੇ ਆਇਆ ਵਾ ਉਹਦੇ ਬੜੇ ਵੱਡੇ ਲਜਪਾਲ ਨੇ ਉਹਨਾਂ ਤੋਂ ਵੱਡਾ ਲਜਪਾਲ ਕੋਈ ਨਹੀਂ ਆ ਮੈਂ ਉਹਨਾਂ ਦੀ ਲਜਪਾਲੀ ਦੱਸਦਾ ਵਾ ਅੱਲਾ
آخری وقت شاعر لکھدا نا اے سبز گنبد والے منظور دعا کرنا کر جب وقت نظر دیدار عطا کر یار اللہ دیدار عطا کر کریم آقا صلی اللہ علیہ وسلم دے چہرے نوں ویکھی جا رہا ہے ویکھی جا رہا ہے ویکھی جا رہا ہے
ਇਸਰਾਇਲ ਦੇ ਆਉਣ ਦਾ ਟਾਈਮ ਵੀ ਹੋ ਗਿਆ ਵੀ ਹੋ ਗਿਆ ਵੀ ਹੋ ਗਿਆ ਵੀ ਹੋ ਗਿਆ ਇਸਰਾਇਲ ਅਲੈਹ ਸਲਾਮ ਦੀ ਆਣ ਵਾਲੇ ਸੀ ਹਜ਼ੂਰ ਤੇ ਫਿਰ ਜਾਣਦੇ ਨੇ ਜੋ ਹੋ ਚੁੱਕਾ ਹੈ ਜੋ ਹੋਗਾ ਹਜ਼ੂਰ ਜਾਣਦੇ ਹਨ ਸਾਡਾ ਸੁਨੀਆਂ ਦਾ ਕੀਦਾ ਹੈ ਕੀਦਾ ਹੈ ਹਜ਼ੂਰ ਨੂੰ ਪਤਾ ਲੱਗ ਗਿਆ ਮੇਰਾ ਆਖਰੀ ਵਕਤ ਆ ਗਿਆ ਕਰੀਮ ਆਕਾ ਸੱਲੱਲਾਹੁ ਅਲੈਹਿ ਵਸੱਲਮ ਨੇ ਬੱਚੇ ਦੇ ਸਿਰ ਤੇ ਨਾਲ ਨਾਲ ਹੱਥ ਫੇਰਦੇ ਨੇ ਤੇ ਨਾਲੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਦੁਨੀਆ ਤੋਂ ਤੁਰ ਚਲਿਆ ਹੈ ਆ ਮੈਂ ਤੈਨੂੰ ਇੱਕ ਐਸੀ ਦੌਲਤ ਦੇਣਾ ਵਾ ਮੇਰੇ ਨਾਲ ਪਿਆਰ ਤੇ ਕਰਨਾ ਹੈ ਆ ਤੈਨੂੰ ਪਿਆਰ ਦਾ ਸਿਲਾ ਦੇਣਾ ਵਾ ਅਰਜ਼ ਕਰਦਾ ਏ ਸੋਹਣਿਆ ਹੁਕਮ ਹੋਵੇ ਮੇਰੇ ਨਬੀ ਨੇ ਫਰਮਾਇਆ ਮੇਰਾ ਕਲਮਾ ਪੜ ਲੈ ਅਰਜ਼ ਕਰਦਾ ਏ ਸੋਹਣਿਆ ਮੈਨੂੰ ਕਲਮਾ ਪੜਾ ਬੱਚੇ ਦੇ ਕਲਮਾ ਪੜਿਆ ਹਜ਼ੂਰ ਦਾ ਕਲਮਾ ਪੜਿਆ ਬੱਚੇ ਦੀ ਰੂਹ ਅਸਮਾਨਾਂ ਵੱਲ ਉੱਡਦੀ ਜਾ ਰਹੀ ਉਹਦੇ ਦਿਲ ਦੀ ਤਮੰਨਾ ਪੂਰੀ ਹੋ ਗਈ ਕਿ ਸੋਹਣਿਆ ਤੂੰ ਸਮਾਂ ਆਵੇ ਮੇਰੀ ਜਾਨ ਨਿਕਲ ਜਾਏ ਉਹਦੇ ਨੂੰ ਕਦਰਾਂ ਟੁਕੜੇ ਬਣਾ ਜਾਵਾ ਜਿਹਨੂੰ ਗੋਦ ਮਿਲੀ ਤੇ ਮੇਰੇ ਨਬੀ ਦੀ ਮਿਲੀ ਏ ਕੌਣ ਹੈ ਦੀਵਾਲੀ ਸੱਲੱਲਾਹੁ ਅਲੈਹਿ ਵਸੱਲਮ ਦਾ ਚਿਹਰਾ ਵੇਖਿਆ ਚਿਹਰਾ ਵੇਖ ਕੇ ਉਹਨੇ ਜਾਨ ਅੱਲਾਹ ਦੇ ਸਪਰਦ ਕਰ ਦਿੱਤੀ ਸਹਾਬਾ ਕਹਿਣ ਲੱਗੇ ਵਾ آخری وقت دولت ایمان مل گئی ایمان مل گئی ایمان مل گئی آخری وقت ایمان پا گیا صحابہ کہنے لگے تو کامیاب تو کامیاب حضور صلی اللہ علیہ وسلم نے صحابہ نے فرمایا یہودی بھی کہنے لگا کہ پتر تے میرا سی ہن میرے کسے کام دا نہیں رہیا میرے دین تے ہی نہیں تے میں دا کرنا کی ہے ਇਹਨੂੰ ਲੈ ਜਾਓ ਹਜ਼ੂਰ ਨੇ ਫਰਮਾਇਆ ਤੂੰ ਕਹਿਣਾ ਕਿ ਅਸਾਂ ਦੇ ਨਾਲ ਲੈ ਕੇ ਜਾਣਾ ਸੀ ਲਜਪਾਲ ਫਰੀਦਾ ਤੋੜਦੇ ਨਹੀਂ ਉਹਨੇ ਫਰਮਾਇਆ ਮੈਂ ਤੇ ਲੈ ਕੇ ਹੀ ਜਾਣਾ ਸੀ ਹਜ਼ੂਰ ਨੇ ਸਾਹਿਬਾਂ ਨੂੰ ਫਰਮਾਇਆ ਦਾ ਜਨਾਜ਼ਾ ਚੁੱਕੋ ਇਹਨੂੰ ਲੈ ਚਲੋ ਲੈ ਚਲੋ ਲੈ ਚਲੋ ਕਰੀਮ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਾਬਾ ਉਹਨੂੰ ਨਾਲ ਲੈ ਗਏ ਉਹਨੂੰ ਗੁਸਲ ਦਿੱਤਾ ਗਿਆ ਉਹਨੂੰ ਕਬਰ ਦੇ ਅੰਦਰ ਉਤਾਰਾਂ ਦੀ ਵਾਰੀ ਆਈ ਉਹ ਕੈਸਾ ਨਬੀ ਹੈ ਜਿਹੜਾ ਲਜਪਾਲੀਆਂ ਉਮਤਾਂ ਦੇ ਨਾਲ ਕਰਦਾ ਹੈ ਜਿਹੜਾ ਉਮਤ ਇਤਨਾ ਰਹੀਮ ਹੈ ਇਤਨਾ ਕਰੀਮ ਹੈ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਜਨਾਜ਼ੇ ਵਿੱਚ ਚਲਦੇ ਜਾ ਰਹੇ ਸਹਾਬਾ ਨੇ ਵੇਖਿਆ ਕਿ ਕੌਣ ਹੈ ਦੀਵਾਲੀ ਪੱਪਾ ਦੇ ਪਾਰ ਟੁੱਟ ਰਹੇ ਨੇ ਸਹਾਬਾ ਅਰਜ਼ ਕਰਦੇ ਨੇ ਸੋਹਣਿਆ ਇੰਜ ਟੁੱਟਣ ਦੀ ਵਜ੍ਹਾ ਕੀ ਹੈ ਮੇਰੇ ਆਕਾ ਨੇ ਫਰਮਾਇਆ ਇਹ ਮੇਰਾ ਗੁਲਾਮ ਹੈ ਕਲਮਾ ਮੇਰਾ ਪੜਿਆ ਹੈ ਇਹਦੇ ਜਨਾਜ਼ੇ ਦੇ ਅੰਦਰ ਫਰਿਸ਼ਤੇ ਹੀ ਇਹਨੇ ਆ ਗਏ ਨੇ ਪੈਰ ਰੱਖਣ ਦੀ ਜਗ੍ਹਾ ਹੀ ਕੋਈ ਨਹੀਂ ਕੌਣ ਹੈ ਦੀਵਾਲੀ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਕਬਰ ਦੇ ਅੰਦਰ ਉਤਾਰਨ ਲੱਗੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸਹਾਬਾ ਮੈਨੂੰ ਜ਼ਰਾ ਕਬਰ ਦੇ ਵਿੱਚ ਜਾਣ ਦਿਓ ਹਜ਼ੂਰ ਕਬਰ ਦੇ ਅੰਦਰ ਟੁੱਟ ਗਏ ਸਹਾਬਾ ਅਰਜ਼ ਕਰਦੇ ਨੇ ਸੁਣਿਆ ਸਾਨੂੰ ਹੁਕਮ ਕਰਦੇ ਅਸੀਂ ਕਬਰ ਦੇ ਅੰਦਰ ਟੁੱਟ ਜਾਂਦੇ ਕੌਣ ਹੈ ਦੀਵਾਲੀ ਨੇ ਫਰਮਾਇਆ ਨਾ ਨਾ ਮੈਂ ਇਹਦੇ ਨਾਲ ਵਾਦਾ ਕੀਤਾ ਸੀ ਮੈਂ ਤੇਰੀ ਕਬਰ ਨੂੰ ਜੰਨਤ ਬਣਾਵਾਂ ਹਜ਼ੂਰ ਨੇ ਫਰਮਾਇਆ ਸਹਾਬਾ ਮੈਂ ਦੀ ਕਬਰ ਵਿੱਚ ਉਤਰਿਆ ਵਾ ਅੱਲਾਹ ਨੇ ਇਹਦੀ ਕਬਰ ਨੂੰ ਜੰਨਤਾਂ ਦਾ ਬਾਗ ਬਣਾ ਛੱਡਿਆ ਹਜ਼ੂਰ ਨੇ ਫਰਮਾਇਆ ਮੈਂ ਦੀ ਕਬਰ ਦੇ ਵਿੱਚ ਉਤਰਿਆ ਅੱਲਾਹ ਤਾਲਾ ਨੇ ਦੀ ਕਬਰ ਨੂੰ ਜੰਨਤ ਦੇ ਬਾਗਾਂ ਵਿੱਚੋਂ ਇੱਕ ਬਾਗ ਬਣਾ ਛੱਡਿਆ ਹਜ਼ੂਰ ਨੇ ਫਰਮਾਇਆ ਮੈਂ ਉਹਨੂੰ ਕਿਹਾ ਸੀ ਮੇਰਾ ਕਲਮਾ ਪੜ ਲੈ ਜੰਨਤ ਲੈ ਦੇਵਾਂਗਾ ਉਹਨੇ ਮੇਰਾ ਕਲਮਾ ਪੜ ਲਿਆ ਕਬਰ ਮੁਬਾਰਕ ਦੇ ਅੰਦਰ ਉਤਰੇ ਜਦੋਂ ਜਨਾਜ਼ਾ ਤੋਂ ਦਫਨਾਨ ਤੋਂ ਫਾਰਗ ਹੋਏ ਤੇ ਸਾਹਬਾ ਨੇ ਵੇਖਿਆ ਕਿ ਸੱਲੱਲਾਹੁ ਅਲੈਹਿ ਵਸੱਲਮ ਬੜੇ ਤੇਜ਼ ਤੇ ਸਾਹ ਲੈ ਰਹੇ ਨੇ ਸਾਹਬਾ ਨੇ ਅਰਜ਼ ਕੀਤੀ ਯਾ ਰਸੂਲ ਅੱਲਾਹ ਇਹ ਵਜ੍ਹਾ ਕੀ ਹੈ ਹਜ਼ੂਰ ਨੇ ਫਰਮਾਇਆ ਇਤਨੀਆਂ ਹੂਰਾਂ ਤੇ ਇਤਨੇ ਫਰਿਸ਼ਤਿਆਂ ਦੇ ਦੀਦਾਰ ਵਾਸਤੇ ਆਏ ਨੇ ਜਿਹੜੇ ਮੇਰੇ ਜਿਸਮ ਨਾਲ ਲੰਘ ਕੇ ਜਾ ਰਹੇ ਨੇ ਹੱਦ ਤੱਕ ਮੈਨੂੰ ਥਕਾਵਟ ਮਹਿਸੂਸ ਹੋ ਰਹੀ ਹੈ ਯਾਨੀ ਹਜ਼ੂਰ ਦਾ ਚਿਹਰਾ ਐਸਾ ਹੈ ਜਿਹੜਾ ਵੇਖਦਾ ਹੈ ਸਭ ਕੁਝ ਕੁਰਬਾਨ ਕਰ ਦਿੰਦਾ ਹੈ ਸਭ ਕੁਝ ਹਜ਼ੂਰ ਦੀ ਜ਼ਾਤ ਦਾ ਕੁਰਬਾਨ ਹਜ਼ੂਰ ਦੇ ਕਦਮਾਂ ਤੋਂ ਕੁਰਬਾਨ ਕਰ ਦਿੰਦਾ ਹੈ ਜਦੋਂ ਸਭ ਕੁਝ ਕੁਰਬਾਨ ਕਰ ਦਿੰਦਾ ਹੈ ਫਿਰ ਦੋਵਾਂ ਜਹਾਨਾਂ ਦੇ ਅੰਦਰ ਉਹਦਾ ਬੇੜਾ ਪਾਰ ਹੋ ਜਾਂਦਾ ਹੈ ਖਾਲਕ ਕਾਇਨਾਤ ਦੀ ਬਾਰਗਾਹ ਦੇ ਅੰਦਰ ਦੁਆ ਹੈ ਅੱਲਾਹ ਤਾਲਾ ਸਾਡੀ ਹਾਜ਼ਰੀ ਨੂੰ ਆਪਣੀ ਬਾਰਗਾਹ ਵਿੱਚ ਕਬੂਲ ਕਰੇ।